ਅਸਲਾਮ ਵਾਲੇਕੁਮ ਦੋਸਤੋ ਰਾਸ਼ਦ ਕਮਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਤੁਹਾਨੂੰ ਪਤਾ ਹੈ ਕਿ ਮੈਂ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਕਿਉਂਕਿ ਫਾਰਗਸੀ ਵੇਲੇ ਸੀ ਉਹਦੇ ਵਾਸਤੇ ਅਸੀਂ ਕਹਿੰਨੇ ਕੋਈ ਕੁਝ ਇਸ ਤਰ੍ਹਾਂ ਦਾ ਕਰੀਏ ਕਿ ਤਾਂ ਕਿ ਜਿਹਦੇ 'ਚ ਸਾਡੀ ਮਸਰੂਫੀਅਤ ਵੀ ਬਣੀ ਰਵੇ ਤੁਹਾਡੇ ਨਾਲ ਵੀ ਸਾਡਾ ਰਾਪਤਾਰ ਰਵੇ ਇਸ ਪ੍ਰੋਗਰਾਮ 'ਚ ਛੋਟਾ ਜਿਹਾ ਸ਼ੁਰੂ ਕਰ ਰਹੇ ਹਾਂ ਕਿਉਂ ਬਨੇਗਾ ਕਰੋੜਪਤੀ ਇਹਦੇ ਵਿੱਚ ਅਸੀਂ ਜਿੰਨੇ ਵੀ ਆਰਟਿਸਟ ਨੇ ਜਿੰਨੇ ਵੀ ਸ਼ੋਅ ਬਿਜ਼ਨਸ ਨਾਲ ਜਿਨ੍ਹਾਂ ਨਾਲ ਜਿਨ੍ਹਾਂ ਦਾ ਤੱਲਕ ਹੈ ਉਹ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਕੁਝ ਨਾ ਕੁਝ ਜਿੱਤ ਕੇ ਜਾਣ ਅਸੀਂ ਔਰ ਤੀਸਰਾ ਜੀ ਕਰਨਾਵਾ ਲੱਖ ਰੁਪਏ ਦਾ ਸਵਾਲ ਤੇ ਜਿਹੜਾ ਆਖਰੀ ਸਵਾਲ ਸਾਡਾ ਕਰੋੜ ਰੁਪਏ ਦਾ ਹੋਣਾ ਤੇ ਜੇ ਉਹਨੇ ਸਾਡੇ ਸਵਾਲ ਦਾ ਜਵਾਬ ਦੇ ਦਿੱਤਾ ਤੇ ਤੁਸੀਂ ਇਹ ਵੇਖੋ ਕਿ ਸਾਨੂੰ ਕਰੋੜ ਰੁਪਏ ਉਹਨੂੰ ਦੇਣਾ ਪੈਣਾ ਤੇ ਅਸੀਂ ਕਿੱਦਾਂ ਦੇਾਂਗੇ ਅਸੀਂ ਸਵਾਲ ਮੁਸ਼ਕਲ ਪੁੱਛਾਂਗੇ ਉਹ ਤੋਂ ਤੇ ਹੁਣ ਮੇਰੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਬੜੇ ਖੂਬਸੂਰਤ ਆਰਟਿਸਟ ਸਰੈਕੀ ਪੱਟੀ ਦੇ ਵਿੱਚ ਜਿਹਦਾ ਨਾਮ ਬਲਕਿ ਫੈਸਲਾਬਾਦ ਦੇ ਵਿੱਚੋਂ ਕੰਮ ਸਿੱਖ ਕੇ ਪੂਰੇ ਫੈਸਲਾਬਾਦ ਚ ਰਾਉਂਡ ਕਰਨ ਵਾਲੀ ਆਰਟਿਸਟ ਸਟੇ ਦੇ ਉਤੇ ਆਪਣਾ ਮਨਮਾਉਣ ਵਾਲੀ ਅੱਜ ਮੇਰੇ ਪ੍ਰੋਗਰਾਮ ਚ ਮੇਰੇ ਨਾਲ ਹਾਜ਼ਰ ਨੇ ਬੜੀ ਮੁਸ਼ਕਲ ਸੀ ਉਹਨਾਂ ਕੋਲ ਟਾਈਮ ਲਿਆ ਅੱਜ ਉਹ ਮੇਰਾ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੀ ਮੇਰੇ ਨਾਲ ਨੇ ਅਨੀਤਾ ਇਰਾਨੀ ਜੀ ਅਸਲਾਮ ਅਲੈਕੁਮ ਰਾਸ਼ਦ ਸਾਹਿਬ ਕੀ ਹਾਲੇ ਠੀਕ ਹੋਰ ਅਨੀਤਾ ਰਾਣੀ ਕੀ ਹਾਲੇ ਠੀਕ ਹੈ ਆਪ ਜੀ ਠੀਕ ਠਾਕ ਅੱਲਾ ਦਾ ਸ਼ੁਕਰ ਤੁਸੀਂ ਸਰਾਉ ਤਬੀਤਾ ਸੇਤਾ ਠੀਕ ਨੇ ਹਾਂ ਹਾਂ ਸ਼ੁਕਰੀਆ الحمدللہ الحمدللہ ਆਪਕੀ ਮਿਹਰਬਾਨੀ ਆਪਨੇ ਮੇਰੇ ਪ੍ਰੋਗਰਾਮ ਮੇਂ ਟਾਈਮ ਦਿਆ ਅੱਛਾ ਬਾਤ ਇਹ ਹੈ ਕਿ ਫਾਰਗ ਐ ਫਨਕਾਰ ਸਭ ਵਿਲੇ ਐ ਫਨਕਾਰ ਘਰਾਂ ਦੇ ਵਿੱਚ ਆਵਾਜ਼ਾਰ ਨੇ ਇਸ ਕਰਕੇ ਅਸੀਂ ਇਹ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਤਾਂ ਕਿ ਉਹਨਾਂ ਵਿਲੇ ਬੰਦਿਆਂ ਦਾ ਕੁਛ ਨਾ ਕੁਸ਼ੀ ਕੋਈ ਨਾ ਕੁਛ ਕੁਛ ਨਾ ਕੁਸ਼ ਅਸੀਂ ਕੁਛ ਨਾ ਕੁਛ ਕਰਦੇ ਰਹੀਏ ਅਸੀਂ ਇਹ ਪ੍ਰੋਗਰਾਮ ਦੇ ਵਿੱਚ ਇੱਕ ਸਕੀਮ ਇਸ ਤਰ੍ਹਾਂ ਦੀ ਰੱਖੀ ਹੈ ਕਿ ਇਹਦੇ ਵਿੱਚ ਅਸੀਂ ਤੁਹਾਡੇ ਕੋ ਕੁਛ ਕੁਐਸਚਨ ਕਰ ਜਵਾਬ ਦੇਓਗੇ ਤਾਂ ਅਸੀਂ ਤੁਹਾਨੂੰ ਇਨਾਮ ਦੇਾਂਗੇ ਕਿਉਂਕਿ ਇਹ ਅਸੀਂ ਜਿਹੜਾ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਇਹਦਾ ਨਾਮ ਹੈ ਕਿਉਂ ਬਨੇਗਾ ਕਰੋੜਪਤੀ ਉਹਦੇ ਵਿੱਚ ਅਸੀਂ ਤੁਹਾਡੇ ਕੋਲ ਪਹਿਲਾ ਸਵਾਲ ਕਰਾਂਗੇ 100 ਰੁਪਏ ਦਾ ਜੀ ਔਰ ਦੂਸਰਾ ਕਰਾਂਗੇ ਤੁਹਾਡੇ ਕੋਲ 10000 ਰੁਪਏ ਦਾ ਜੀ ਤੀਸਰਾ ਕਰਾਂਗੇ ਲੱਖ ਰੁਪਏ ਦਾ ਜੀ ਚੌਥਾ ਕਰਾਂਗੇ ਕਰੋੜ ਰੁਪਏ ਦਾ ਉਸ ਤੋਂ ਅਗੇ ਮੇਰੀ ਹਿੰਮਤ ਨਹੀਂ ਹੈ ਕਿਉਂਕਿ ਹਾਂਜੀ ਕਰੋੜ ਰੁਪਏ ਦਾ ਮੇਰੀ ਆਖਰੀ ਮੇਰੀ ਪਹੁੰਚ ਹੈ ਮੈਂ ਤੁਸੀਂ ਇਹ ਸੋਚੋ ਪਤਾ ਨਹੀਂ ਕਿੱਥੋਂ ਦੇਣਾ ਤੁਹਾਨੂੰ ਕਰਕੇ ਚਲੋ ਮਾਰ ਦੇ ਦੇਣਾ ਮੈਨੂੰ ਕਿਉਂਕੋ ਤੁਹਾਡੇ ਤੇ ਤਬਾਰ ਟਗੇ ਦਾ ਨਹੀਂ ਹੈਗਾ ਮੈਨੂੰ ਦੇ ਦੇ ਮੈਨੂੰ ਟਕੇ ਦੇ ਦੁਬਾਰ ਵਾਲੀ ਗੱਲ ਨਹੀਂ ਅਸੀਂ ਤੁਹਾਨੂੰ ਤੁਸੀਂ ਆਏ ਹੋ ਪ੍ਰੋਗਰਾਮ ਤੇ ਤੁਹਾਨੂੰ ਮਦੂ ਕੀਤਾ ਹੈ ਤੁਹਾਨੂੰ ਬੁਲਾਇਆ ਹੈ ਸਿਰਫ ਇਸ ਕਰਕੇ ਕਿ ਤੁਹਾਡੇ ਨਾਲ ਅਸੀਂ ਕੁਐਸਚਨ ਸਵਾਲ ਜਵਾਬ ਕਰਾਂਗੇ ਜੀ 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 ਅੱਛਾ ਨੀਤਾ ਰਾਣੀ ਜੀ ਸਾਡਾ ਪਹਿਲਾ ਸਵਾਲ ਜਿਹੜਾ ਤੁਹਾਡੇ ਨਾਲ ਇਹ ਵੇ ਕਿ ਉਹ ਕਿਹੜੀ ਚੀਜ਼ ਹੈ ਜਿਹੜਾ ਸ਼ੌਹਰ ਲਵੇ ਤੇ ਬੀਗਮ ਪਰੇਸ਼ਾਨ ਹੁੰਦੀ ਹੈ ਅਗਰ ਬੀਗਮ ਲਵੇ ਤੇ ਸ਼ੌਹਰ ਪਰੇਸ਼ਾਨ ਹੁੰਦਾ ਹੈ ਇਹ ਸਵਾਲ ਹੈ ਹਾਂ ਹਾਂ ਸਵਾਲ ਹੈ ਦਾ ਜਵਾਬ ਮੈਂ ਤੁਹਾਨੂੰ ਦੇਣਾ ਚਾਹਾਂਗੀ ਰਾਸ਼ਦ ਸਾਹਿਬ ਕਿ ਕੀ 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 ਸਲਾਹ ਨਹੀਂ 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 ਇਹਦਾ ਜਵਾਬ ਦੇਣਾ ਪੈਣਾ ਪਹਿਲਾ ਸਵਾਲ ਹੈ 100 ਰੁਪਏ ਦਾ ਅਗੋ ਤੁਸੀਂ ਇਹ ਵੇਖੋ 10000 ਰੁਪਏ ਦਾ ਦੂਸਰਾ ਸਵਾਲ ਆ ਦੂਜੇ ਸਵਾਲ ਵਾਲਾ ਦੇਖਣਾ ਪਹਿਲੇ ਵਾਲ ਨਹੀਂ ਵੇਖਣਾ ਹਮ ਅੱਛਾ ਨੀਤਾ ਰਾਨੀ ਤੁਹਾਡਾ ਨਾਮ ਐਸੇ ਇਹ ਨੀਤਾ ਇਰਾਨੀ ਕੀ ਏ ਇਹ ਇਰਾਨੀ ਕੀ ਏ ਇਰਾਨੀ ਤੁਹਾਡੀਆਂ ਖਜੂਰਾਂ ਨੇ ਜਾਂ ਲਕੀ ਰਾਨੀ ਚੀਸਾ ਤੁਹਾਡਾ ਕੀ ਏ ਮੈਂ ਤੁਹਾਨੂੰ ਕਿਹਾ ਕਿ ਰਾਸ਼ਦ ਕਮਾਲ ਤੁਹਾਡਾ ਕੀ ਕਿਉਂ ਨਾ ਐ ਤੇ ਕੀ ਵਜ੍ਹਾ ਹੈ ਇਸ ਨਾਮ ਦੀ ਕੀ ਕਮਾਲ ਏ ਤੁਹਾਡਾ ਮੈਂ ਤੁਹਾਨੂੰ ਕਦੀ ਕਿਹਾ ਨੇ ਉਹ ਕਮਾਲ ਦਾ ਨਾਮ ਹੈ ਮੇਰੇ ਮੇਰੇ ਉਸਤਾਦ ਨੇ ਮੈਂ ਉਹਨਾਂ ਦਾ ਨਾਮ ਨਾਲ ਆਪਣੇ ਲਾਇਆ ਹੈ ਤੁਹਾਡੇ ਉਸਤਾਦ ਸਰਦਾਰ ਕਮਾਲ ਸਾਹਿਬ ਮੇਰੇ ਸਰਦਾਰ ਕਮਾਲ ਸਾਹਿਬ ਉਸਤਾਦ ਨੇ ਉਹਨਾਂ ਦਾ ਨਾਮ ਮੈਂ ਆਪਣੇ ਨਾਲ ਬੜੀ ਅੱਛੀ ਬਾਤ ਹੈ ਬੜੀ ਅੱਛੀ ਬਾਤ ਹੈ ਇਹ ਪਿਛਲੇ ਦਿਨਾਂ ਦੇ ਵਿੱਚ ਮੇਰੀ ਮੁਲਾਕਾਤ ਹੋਈ ਸਰਦਾਰ ਸਾਹਿਬ ਨਾਲ ਤੇ ਮਾਸ਼ਾਅੱਲਾ ਸਰਦਾਰ ਕਮਾਲ ਸਾਹਿਬ ਸਾਡੇ ਪਾਕਿਸਤਾਨ ਦੀ ਸ਼ਾਨ ਆਨ ਜਾਨ ਨੇ ਉਹ ਵੱਡਾ ਨਾਮ ਨੇ ਵੱਡਾ ਫੈਮ ਨੇ ਕਾਫੀ 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 ਵੱਡਾ ਸਰਦਾਰ ਸਾਹਿਬ ਨੂੰ ਮੈਂ ਇੱਕ ਦਫਾ ਇਤਫਾਕ ਹੋਇਆ ਤੇ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਮੈਂ ਕਿਹਾ ਸਰਦਾਰ ਸਾਹਿਬ ਤੁਹਾਡੇ ਸ਼ਾਗਿਰਦ ਕਿੰਨੇ ਨੇ ਜੀ ਤੇ ਉਹਨਾਂ ਨੇ ਗੋ ਮੈਨੂੰ ਬੜਾ ਅੱਛਾ ਮੇਰਾ ਸ਼ਗਿਰਦੀ ਹੈ ਓਏ ਹੋਏ ਤੇ ਜਿਹੜਾ ਪਿੰਡ ਚ ਉਕਲਵੇ ਤੇ ਉਹ ਉਹ ਮੇਰਾ ਸ਼ਾਗਿਰਦੀ ਹੈ ਅੱਛਾ ਯਾਨੀ ਕਿ ਜਿਹੜਾ ਕੋਟ ਚੁਕਲੋ ਮੇਰਾ ਸ਼ਾਗਿਰਦੀ ਹੈ ਹਾਂਜੀ ਤੇ ਤੁਸੀਂ ਵੀ ਕਿਤੇ ਉਹਨਾਂ ਸ਼ਾਗਿਰਦਾਂ ਚੋਂ ਤੇ ਨਹੀਂ 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 ਮੈਂ ਕੋਟ ਨਹੀਂ ਚੁਕਿਆ ਮੈਂ ਉਹਨਾਂ ਦਾ ਮੋਬਾਈਲ ਵੀ ਚੁਕਣ ਦੀ ਕੋਸ਼ਿਸ਼ ਕੀਤੀ ਇਹ ਤੇ ਲੇਕੇ ਨਾ ਕੋਈ ਨਾ ਘਰਾਣਾ ਇਸ ਕਰਕੇ ਮੇਰੀ ਉਸਤਾਦੇ ਸ਼ਾਗਿਰਦੀ ਉਹਨਾਂ ਨਾਲ ਹੋਈ ਹੈ ਮੇਰੀ ਬਕਾਇਦਾ ਉਸਤਾਦੇ ਸ਼ਾਗਿਰਦੀ ਹੋਈ ਹੈ ਉਹਨਾਂ ਦਾ ਨਾਮ ਹੈ ਦਸਤਾਰ ਬੰਦੀ ਨਹੀਂ ਜਿਹੜੀ ਜਿਹਨੂੰ ਕਹਿੰਦੇ ਜਿਹਨੂੰ ਗਾਨਾ ਬੰਦ ਕਹਿੰਦੇ ਆ ਗੰਡਾ ਬੰਦ ਕਹਿੰਦੇ ਆ ਉਹ ਸਾਰਾ ਕੁਝ ਮੈਂ ਆਪਣੇ ਉਸਤਾਦ ਨਾਲ ਕੀਤਾ ਹੈ ਜੀ ਜੀ ਤੇ ਤੁਹਾਡਾ ਨਾਮ ਦੇ ਬਾਰੇ ਜ ਮੈਂ ਬੜਾ ਪਰੇਸ਼ਾਨ ਆ ਨੀਤਾ ਇਰਾਨੀ ਕੀ ਹੈ ਵੀ ਇਰਾਨੋਂ ਕੋ ਜੀ ਮੈਂ ਆਪਣੇ ਨਾਮ ਦੀ ਵੀ ਤੁਹਾਨੂੰ ਥੋੜੀ ਜੀ ਵਿਆਖਿਆਤ ਕਰਦੇ ਆ ਕਿਉਂਕਿ ਕਾਫੀ ਸਾਰੇ ਲੋਕਾਂ ਨੇ ਸਿਰਫ ਤੁਸੀਂ ਨਹੀਂ ਕਾਫੀ ਸਾਰੇ ਲੋਕਾਂ ਨੇ ਮੈਨੂੰ ਪੁੱਛਿਆ ਕਿ ইরਾਨੀ ਦਾ ਮਤਲਬ ਜਿਹੜਾ ਹੈ ਉਹ ਕੀ ਮਤਲਬ ਕਿਉਂ ইরਾਨੀ ਤੁਸੀਂ ਆਪਣੇ ਨਾਮ ਦੇ ਨਾਲ ਲਗਾਉਂਦੇ ਹੋ ਤੁਸੀਂ ইরਾਨ ਦੇ ਹੋ ਜਾਂ ਮਤਲਬ ਕਾਫੀ ਤਰ੍ਹਾਂ ਦੇ ਸਵਾਲਾਤ ਜਿਹੜੇ ਨੇ ਨਾ ਹੁੰਦੇ ਕਰਦੇ ਨੇ ਜਿਸ ਤਰ੍ਹਾਂ ਤੁਸੀਂ ਪੁੱਛ ਰਹੇ ਹੋ ਤੇ ਮੈਂ ਆਪਣੇ ਨਾਮ ਦੀ ਥੋੜੀ ਜੀ ਵਿਆਖਿਆਤ ਕਰਦੇ ਆ ਤੁਹਾਨੂੰ ਕਿ ਮੇਰੇ ਜਿਹੜੇ ਹਸਬੈਂਡ ਦੇ ਜਿਹੜੇ ਘਰ ਵਾਲੇ ਨੇ ਯਾਨੀ ਕਿ ਮਤਲਬ ਉਹਨਾਂ ਦੇ ਨਾਨੀ ਮਾਨੇ ਜਿਹੜੇ ਉਹ ਸੰਤੇ ਉਹ ইরਾਨ ਦੇ ਬਿਲੋਂਗ ਕਰਦੇ ਸਨ ਨਬਜ਼ੂ ਉਹ ਈਰਾਨ ਚ ਮਤਲਬ ਜਿਸ ਤਰ੍ਹਾਂ ਦੇਖ ਲਓ ਕਿ ਦੇਸੀ ਕਿ ਉਹ ਵੇਚਦੇ ਨੇ ਜਾਂ ਚਸ਼ਮੇ ਐਨਕਾ ਵੇਚਦੇ ਨੇ ਉਹ ਉਹ ਸੰ ਅੱਛਾ ਅੱਛਾ ਉਹ ਉਹ ਦਾ ਕਰਕੇ ਤੁਸੀਂ ਇਰਾਨੀ ਨਾਮ ਲਾਇਆ ਤੇ ਉਸ ਵਜ੍ਹਾ ਤੋਂ ਸਾਡੇ ਰਿਸ਼ਤੇਦਾਰ ਹੁਣ ਸਾਰੇ ਦੁਬਈ ਕੰਮ ਕਰਦੇ ਮੈਂ ਹੁਣ ਰਾਸ਼ਦ ਕਮਾਲ ਦੁਬਈ ਰਖ ਲਮਾ ਨਾਮ ਆ ਪੜਾ ਮੈਨੂੰ ਕੁਝ ਰਾਸ਼ਦ ਕਮਾਲ ਦਾ ਤੇ ਪਹਿਲੇ ਮੈਨੂੰ ਦੱਸੋ ਨਾ ਕਿ ਰਾਸ਼ਦ ਤੇ ਨਾਮ ਠੀਕ ਹੋ ਗਿਆ ਕਮਾਲ ਇਹਦੇ ਵਿੱਚ ਤੁਹਾਡਾ ਕੀ ਕਮਾਲ ਹੈ ਕੀ ਮਤਲਬ ਤੁਸੀਂ ਪਲਾਸਟਿਕ ਦੀ ਕਵਰ ਚ ਪਹਿਣਾ ਕੀ ਮਤਲਬ ਕਿ ਤੁਸੀਂ ਉਬਾਲ ਕੇ ਤੁਸੀਂ ਆਪਣਾ ਕਿਨੂੰ ਖਾਂਦੇ ਹੋ ਜਾਂ ਮਤਲਬ ਤੁਸੀਂ ਨੱਕ ਨਾ ਟਰੱਕ ਖਿੱਚ ਲੈਂਦੇ ਹੋ ਕਮਾਲ ਕੀ ਇਹਦੇ ਵਿੱਚ ਤੁਹਾਡਾ ਕੋ ਮਤਲਬ ਨਹੀਂ ਤੁਸੀਂ ਲੱਕੀ ਮੇਰੀ ਮੇਰੀ ਗੱਲ ਤੋਂ ਸੁਣੋ ਤੁਸੀਂ ਜਿਹੜਾ ਨੀਤਾ ਇਰਾਨੀ ਲਾਇਆ ਵਾ ਨਾਲ ਕੀ ਲੱਕੀ ਰਾਣੀ ਚ ਟਿਕਟਾਂ ਲਾ ਕੇ ਦਿੰਦੇ ਹੋ ਤੁਸੀਂ ਇਹੋ ਜੀ ਕੀ ਮਕਸਦ ਆ ਇਰਾਨੀ ਲਾਉਣ ਦਾ ਇਹੋ ਰਿਸ਼ਤੇਦਾਰ ਤੋਂ ਤੁਹਾਡੇ ਚਲੋ ਸੀ ਮੰਨ ਲਏ ਤੁਹਾਡੇ ਤੁਹਾਡੇ ਸ਼ੌਹਰ ਦੇ ਰਿਸ਼ਤੇ ਅੱਛਾ ਇਹਦਾ ਮਤਲਬ ਸ਼ਾਦੀशुदा ਹੋ ਤੁਸੀਂ ਜੀ ਅਲਹਮ ਸ਼ਾਦੀ ਹੋਈ ਤੁਹਾਡੀ ਜੀ ਜੀ ਉਹ ਸ਼ਾਦੀ ਫੀਲਡ 'ਚ ਹੋਈ ਕਿ ਫੀਲਡ 'ਚ ਬਾਹਰ ਹੋਈਏ ਨਹੀਂ ਮੈਂ ਫੀਲਡ 'ਚ ਹੀ ਸ਼ਾਦੀ ਕੀਤੀ ਫੀਲਡ ਦੇ ਵਿੱਚ ਕੀਤੀ ਹੈ ਜੀ ਜੀ ਅੱਛਾ ਜੀ ਵੈਰੀ ਗੁੱਡ ਵੈਰੀ ਗੁੱਡ ਤੋ ਉਹ ਕਿਹੜਾ ਖੁਸ਼ਕਿਸਮਤ ਜਿਹਦੇ ਨਾਲ ਤੁਸੀਂ ਸ਼ਾਦੀ ਕੀਤੀ ਹੈ ਜੀ ਬੜੇ ਖੁਸ਼ਕਿਸਮਤ ਨੇ ਬਲਕੇ ਉਹ ਖੁਸ਼ਕਿਸਮਤ ਨਹੀਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਕਹਾਵਾਂਗੀ ਤੁਸੀਂ ਇਥੇ ਜਦੋਂ ਫਿਰ ਪਿਆਰ ਹੋ ਜਾਂਦਾ ਤੁਹਾਨੂੰ ਪਤਾ ਫਿਰ ਉਥੇ ਫਿਰ ਪਿਆਰ ਵੀ ਹੋਇਆ ਤੁਹਾਨੂੰ ਲੋ ਇਸ ਮੂੰਹ ਦੇ ਨਾਲ ਇਸੇ ਮੂੰਹ ਦੇ ਨਾਲ ਤੁਹਾਨੂੰ ਪਿਆਰ ਹੋਇਆ ਜੇ ਤੁਹਾਨੂੰ ਪਿਆਰ ਹੋਇਆ ਤੁਹਾਨੂੰ ਗੱਦੀ ਨਹੀਂ ਹੋਇਆ ਨਹੀਂ ਨਹੀਂ ਮੈਨੂੰ ਜੇ ਤੁਹਾਨੂੰ ਪਿਆਰ ਹੋਇਆ ਤਾਂ ਮੈਨੂੰ ਤਾਂ ਪਿਆਰਾਂ ਦੇ ਕੜਕ ਚੜਾ ਦੇਣੇ ਚਾਹੀਦੇ ਆ ਵੀ ਮੈਂ ਤਾਂ ਪਿਆਰ ਕਰਾਂ ਹੀ ਬਹੁਤ ਤੁਸੀਂ ਪਿਆਰ ਕਰਨਾ ਕਿਨੂ ਮੈਨੂੰ ਇਹ ਤੇ ਦੱਸੋ ਸੱਬਲ ਵਰਗਾ ਤੇ ਤੁਹਾਡਾ ਮੂੰਹ ਸੱਬਲ ਇਦਾਂ ਦਾ ਹੁੰਦਾ ਹੋਰ ਕਿਦਾਂ ਦਾ ਹੁੰਦਾ ਪਤਾ ਨਹੀਂ ਕਿਹੜੇ ਸੱਬਲ ਦੇਖੇ ਤੁਸੀਂ ਤੁਸੀਂ ਸੱਬਲ ਦੇਖਿਆ ਹੀ ਨਹੀਂ ਅਗਰ ਤੁਸੀਂ ਸੱਬਲ ਦੇਖਿਆ ਹੁੰਦਾ ਤੁਸੀਂ ਮੇਰਾ ਮੂੰਹ ਕਦੇ ਵੀ ਉਹਦੇ ਨਾਲ ਨਹੀਂ ਮਿਲਾਉਣਾ ਹੋਰ ਕੀ ਕਹਾਂ ਕਿ ਮਤਲਬ ਕੋਣੀ ਅਰਗਾ ਮੂੰਹ ਹੈ ਤੁਹਾਡਾ ਹੋਰ ਕੀ ਕਹਾਂ ਤੁਹਾਨੂੰ ਅੱਛਾ ਅਨੀਤਾ ਪੀਲੀਪਤੀ ਰਾਏ ਜਾਨੀ ਉਹ ਅਨੀਤਾ ইরਾਨੀ ਜੀ ਅੱਛਾ ਗੱਲ ਇਹ ਕਿ ਅਸੀਂ ਜਿਹੜਾ ਤੁਹਾਡੇ ਨੂੰ ਕੁਐਸਚਨ ਕੀਤਾ ਕਿ ਕਿਹੜੀ ਚੀਜ਼ ਹੈ ਜਿਹੜਾ ਸ਼ੋਹਰ ਲਵੇ ਤੇ ਬੀਵੀ ਪਰੇਸ਼ਾਨ ਹੁੰਦੀ ਬੀਵੀ ਲਵੇ ਤੇ ਸ਼ੋਹਰ ਪਰੇਸ਼ਾਨ ਹੁੰਦਾ ਇਹਦਾ ਜਵਾਬ ਹੈ ਕਿ ਸੁੱਖ ਦਾ ਸਾ ਸੁੱਖ ਦਾ ਨਾ ਨਹੀਂ 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 ਮੈਂ ইরਾਨੀ ਬੂ ਰਹੀ ਏ ইরਾਨੀ ইরਾਨੀ ਸ਼ਹਿਰ ਕੋ ਛੋੜਿਆ ਨਾਲ ਘਟ ਲਾਲਾ ਲੇਕਿਨ ਸਾਡੇ ਸਵਾਲ ਦਾ ਜਵਾਬ ਦੇ ਰੁਪਏ 100 ਦਾ ਸਵਾਲ ਆ ਜੇ ਤੈਨੂੰ 100 ਦਾ ਨਹੀਂ ਆਇਆ ਤਾਂ ਤੂੰ ਕਰੋੜ ਦਾ ਕਿਦਾਂ ਦੱਸੇਂਗੀ ਅਨੀਤਾ ਅਨੀਤਾ ਬਕਰਖਾਨੀ سوال ਤੁਸੀਂ ਮੇਰੇ ਕੋਲੋਂ ਫੇਰ ਦੁਬਾਰਾ ਪੁੱਛ ਲਓ ਰਾਸ਼ਦ ਬਿਹਾਲ ਸਾਹਿਬ ਦੁਬਾਰਾ ਪੁੱਛੋ ਮੇਰੇ ਕੋਲੋਂ ਅੱਛਾ ਅਨੀਤਾ ਕਬਰਾਨੀ ਮੈਂ ਤੁਹਾਨੂੰ ਇਹ ਪੁੱਛ ਰਿਹਾ ਵਾਂ ਕਿ ਕਿਹੜੀ ਐਸੀ ਚੀਜ਼ ਹੈ ਜਿਹੜਾ ਸ਼ੌਹਰ ਲਵੇ ਤੇ ਬੀਵੀ ਪਰੇਸ਼ਾਨ ਆ ਬੀਵੀ ਲਵੇ ਤੇ ਸ਼ੌਹਰ ਪਰੇਸ਼ਾਨ ਆ ਖਰਚਾ ਕਰਦਾ ਨਹੀਂ 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 ਅੱਛਾ ਹਾਂ 100 ਰੁਪਏ ਦਾ ਸਵਾਲ ਆ 100 ਰੁਪਏ ਦਾ ਸਵਾਲ ਆ ਉਹ 600 ਗੱਲਾਂ ਤੁਸੀਂ ਕਰ ਕਰਕੇ ਬੁਖਾਰ ਰਹੇ ਹੋ ਮੈਨੂੰ ਮੈਂ ਕਹਿੰਦਾ ਵੀ 100 ਰੁਪਏ ਦਾ ਸਵਾਲ ਅਗਰ ਤੁਸੀਂ 100 ਰੁਪਏ ਦਾ ਪਹਿਲਾ ਸਵਾਲ ਜਿਹੜਾ ਵਾ ਤੁਸੀਂ ਕੋਈ ਗੱਲ ਨਹੀਂ 100 ਰੁਪਏ ਦਾ ਅੱਗੇ ਕਰੋੜ ਰੁਪਈਆ ਦੇਖੋ ਤੁਸੀਂ ਅੱਗੋਂ ਆਖਰੀ ਸਵਾਲ ਕਰੋੜ ਰੁਪਏ ਦਾ ਵਾ ਕਰੋੜ ਰੁਪਈਆ ਤੁਹਾਨੂੰ ਪਤਾ ਕਿੰਨਾ ਹੁੰਦਾ ਅੱਧਾ ਕਿਲੋ ਥੁੱਕ ਲੱਗ ਜਾਂਦਾ ਗਿਣ ਲੱਗੇ ਹੈ ਇਹ ਮਸ਼ੀਨ ਤੋਂ ਇਲਾਵਾ ਗਿਣਿਆ ਨਹੀਂ ਜਾਂਦਾ ਅੱਛਾ ਯਾਨੀ ਅੱਧਾ ਕਿਲੋ ਥੁੱਕ ਲੱਗਦਾ ਤੁਸੀਂ ਦੱਸ ਰਹੇ ਹੋ ਤੁਸੀਂ ਵੱਧ ਵੀ ਲਾ ਸਕਦੇ ਹੋ ਅੱਛਾ ਜੀ ਨੀਤਾ ਸਤਾਨੀ ਨੀਤਾ ਇਰਾਨੀ ਜੀ ਜੀ ਮੈਂ ਤੁਹਾਨੂੰ ਇਹ ਪੁੱਛ ਰਿਹਾ ਕਿ ਉਹ ਜਿਹੜਾ ਤੁਹਾਨੂੰ ਮੈਂ ਸਵਾਲ ਪੁੱਛਿਆ ਅਗਰ ਤੁਸੀਂ ਇਹਦਾ ਜਵਾਬ ਮੈਨੂੰ ਦੇ ਦੇਵੋਗੇ ਤੁਹਾਡੇ ਕੋਲ ਟਾਈਮ ਸਿਰਫ ਕਿੰਨਾ ਹੈ ਮੁਕਤ ਸਰ ਜੀ ਟਾਈਮ ਹੈ ਅਧੇ ਸਕਿੰਡ ਦੇ ਵਿੱਚ ਅਗਰ ਤਾਂ ਤੁਸੀਂ ਅਧੇ ਇੱਕ ਮਿੰਟ ਤੋਂ ਹਾਫ ਮਿੰਟ ਜਿਹੜਾ ਵਾ ਤੁਹਾਨੂੰ ਉਸ ਟਾਈਮ ਦਿੰਨੇ ਆ ਅਗਰ ਤੁਸੀਂ ਇਹਦੇ ਵਿੱਚ ਸਾਨੂੰ ਜਵਾਬ ਨਾ ਦਿੱਤਾ ਤੇ ਅਸੀਂ ਅਗਲੇ ਸਵਾਲ ਵੱਲ ਚਲਾਂਗੇ ਜੀ ਠੀਕ ਹੈ ਦੁਬਾਰਾ ਜ਼ਰਾ ਰਿਪੀਟ ਕਰਨਾ ਸਵਾਲ ਕਿਹੜੀ ਐਸੀ ਚੀਜ਼ ਹੈ ਜਿਹੜਾ ਸ਼ੌਹਰ ਲਵੇ ਤੇ ਬੀਵੀ ਪਰੇਸ਼ਾਨ ਹੈ ਬੀਵੀ ਲਵੇ ਤੇ ਸ਼ੌਹਰ ਪਰੇਸ਼ਾਨ ਆ ਸ਼ੌਹਰ ਲਵੇ ਤੇ ਬੀਵੀ ਪਰੇਸ਼ਾਨ ਹੈ ਬੀਵੀ ਲਵੇ ਤੇ ਸ਼ੌਹਰ ਖਰਾਟੇ ਹਾਂ ਖਰਾਟੇ खराटे ये तो आपका जवाब दुरुस्त है मैडम अनीता पीलीपति रायजानी ओ oh, थैंक यू अनीता you. आप तो बड़ी ज़हीन है मुझे नहीं लगता था आपने आप इतनी ज़हीन होंगी ओहो oh, तुसी भी किसे नालो काट नहीं है राशिद ज़वाल साहब हां देख कम मेरा ये चलया नहीं तो पहले ज़वाल वाले पास नु आ गया अच्छा एना ता अनीता अनाता अच्छा अनीता ईरानी आपने बड़ा खूबसूरत जवाब दिया कि वाकई खराटे है जड़ा बीवी लेवे ते शौहर परेशान हुंदा है शौहर लेवे ते बीवी परेशान हुंदी है बड़ा अच्छा ਤੁਸੀਂ ਜਵਾਬ ਦਿੱਤਾ ਤੁਸੀਂ 100 ਰੁਪਏ ਜਿੱਤ ਗਏ ਹੋ 100 ਰੁਪਏ ਦੀ ਕੋਈ ਚੀਜ਼ ਲੈ ਕੇ ਆਉਣੀ ਤੇ ਲੈ ਆ ਜਾ ਜੇ ਖਰਚ ਕੇ ਆਇਆ 100 ਰੁਪਏ ਬਾਕੀ ਸੌ ਫੇਕ ਕਰ ਲਈ ਜਾਂ ਮੈਂ ਕਰਨੀ ਸਾਰੇ ਇਕੱਠੇ ਜਿੱਤ ਲਵਾਂ ਤੇ ਫੇਰ ਹੀ ਜਾਵਾਂ ਇੱਕੋ ਵਾਰੀ ਫੇਰ ਦੁਬਾਰਾ ਚੱਕਰ ਲੱਗੂਗਾ ਹਾਂ ਹਾਂ ਇਹਦਾ ਮਤਲਬ ਪੱਕਾ ਜ਼ਹਿਨ ਬਣਾ ਕੇ ਆਈਆਂ ਤੂੰ ਅੱਜ ਮੈਨੂੰ ਕੰਗਾਲ ਕਰਕੇ ਜਾਏਂਗੀ ਹਾਂ ਜੀ ਬਿਲਕੁਲ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਅਗਰ ਆਪ ਹਮਾਰੇ ਸਵਾਲੋਆਂ ਦਾ ਜਵਾਬ ਦੇਂਗੀ ਤਾਂ ਹਮ ਆਪਕੋ ਪੈਸੇ ਕੈਸ਼ ਆਪਕੇ ਅ ਮੈਂ ਅਕਾਊਂਟ ਹੈ ਤੇਰਾ ਮੈਂ ਹਾਂਜੀ ਮੇਰਾ ਤੇ ਅਕਾਊਂਟ ਹੈ ਲੇਕਿਨ ਮੈਂ ਤੁਹਾਨੂੰ ਪਹਿਲੇ ਵੀ ਇੱਕ ਅਰਜ਼ ਕੀਤੀ ਸੀ ਕਿ ਮੈਨੂੰ ਤੁਹਾਡੇ ਤੇ ਪੂਰਾ ਏਤਬਾਰ ਨਹੀਂ ਹੈ ਮੈਂ ਪੈਸੇ ਨਗਦ ਲੈ ਕੇ ਜਾਣੇ ਐਥੇ ਹੁਣ ਤੁਹਾਨੂੰ ਕੈਮਰੇ ਦੇ ਵਿੱਚ ਹੀ ਫੜਾਈ ਜਾਵਾਂ ਨਾਲੋ ਨਾਲ ਪੈਸੇ ਹਾਂਜੀ ਅੱਛਾ ਜੀ ਤੁਸੀਂ ਪੈਸੇ ਪਾਉਣੇ ਕਿੱਥੇ ਰੱਖਣੇ ਕਿੱਥੇ ਤੁਹਾਨੂੰ ਪਤਾ ਉਹ ਤੁਸੀਂ ਟੈਨਸ਼ਨ ਨਾ ਲਓ ਮੈਂ ਲੈਣੀ ਆ ਨਾ ਮੈਂ ਟੈਨਸ਼ਨ ਲਵਾਗਾ ਕਿਉਂਕਿ ਮੈਂ ਪੈਸੇ ਦੇਣੇ ਨੇ ਤੁਸੀਂ ਟੈਨਸ਼ਨ ਨਾ ਵੀ ਲਵੋ ਤੇ ਤੁਹਾਡਾ ਫੇਰ ਵੀ ਮੂੰਹ ਇਦਾਂ ਹੀ ਲੱਗ ਰਿਹਾ ਜਿਦਾਂ ਤਣਾਵਾ ਪਾਈਆਂ ਇੰਨਾ ਤਾਂ ਅਨਾਤਾ ਅਨਾਇਤਾ ਇੰਨਾ ਦੇ ਮੂੰਹ ਤਾਂ ਸਹੀ ਚੜਨਾ ਨਹੀਂ ਅਨੀਤਾ ਵਾਸੇਰੀ ਮੇਰੇ ਮੂਤ ਅਨੀਤਾ ਐ ਇਹ ਅਨੀਤਾ ਅੱਛਾ ਅਨੀਤਾ ਕੱਲਾ ਕੀ ਏ ਚਲੋ ਅਨੀਤਾ ਅਗਲਾ ਹੋ ਗਿਆ ਅਨੀਤਾ ਕੀ ਏ ਅਨੀਤਾ ਨਾਮ ਹੀ ਇਹਦਾ ਮਕਸਦ ਕੀ ਏ ਇਹਦੇ ਨਾਮ ਦਾ ਹੁੰਦਾ ਨਾ ਮੇਰਾ ਨਾਮ ਹੈ ਰਾਸ਼ਦ ਜਾਂ ਜਿਹੜਾ ਕੋ ਕਿਸ ਨਾਮ ਦਾ ਪਿੱਛੇ ਮਕਸਦ ਹੁੰਦਾ ਨਾ ਇੱਕ ਉਹ ਜਿਹੜਾ ਮਕਸਦ ਕੀ ਏ ਤੁਹਾਡੇ ਨਾਮ ਦਾ ਨਹੀਂ ਤੇ ਤੁਸੀਂ ਏਡਾ ਮਕਸਦ ਕੱਦ ਲਈ ਪੁੱਛ ਰਹੇ ਹੋ ਤੁਸੀਂ ਕੋ ਮੇਰੇ ਤੇ ਕਿਤਾਬ ਲਿਖ ਰਹੇ ਹੋ ਤੁਸੀਂ ਕੋਈ ਕਿਤਾਬ ਲਿਖੀ ਨਹੀਂ ਜਾਨੀ ਤੁਹਾਡੇ ਕਿਉਂ ਤੁਸੀਂ ਇੰਨਾ ਹਿਲਦੇ ਹੋ ਵਜ੍ਹਾ ਕੀ ਹੋਈ ਹੁੰਦੀ ਅੱਛਾ ਨੀਤਾ ਰਾਨੀ ਮੈਂ ਮੈਨੂੰ ਪਤਾ ਚੱਲਾ ਕਿ ਆਪ ਉਸ ਸ਼ੋਅ ਬਿਜ਼ਨਸ ਮੇਂ ਬੜਾ ਅੱਛਾ ਆਪਕਾ ਤਾਲੁਕ ਹੈ ਸ਼ੋਅ ਬਿਜ਼ਨਸ ਮੇਂ ਬੜਾ ਨਾਮ ਹੈ ਆਪਕਾ ਐਜ਼ ਅ ਡਾਂਸਰ ਬੜੀ ਅੱਛੀ ਹੈ ਆਪ ਜੀ ਅਲਹਮਦੁਲਿਲ ਤੋ ਡਾਂਸ ਜਿਹੜਾ ਬੰਦਾ ਹੁਣ ਜਿਹੜਾ ਤੁਹਾਨੂੰ ਜੋ ਪਤਾ ਪਤਾ ਫਨਕਾਰਾਂ ਦੀ ਕੰਡੀਸ਼ਨ ਜਿਹੜੀ ਹੈਗੀ ਫਨਕਾਰ ਤੇ ਇਸ ਟਾਈਮ ਹੋ ਗਏ ਨੇ ਫਾਰਗ ਵਿਲੇ ਨੇ ਵਿਚਾਰੇ ਲੇਕਿਨ ਉਹ ਕੰਮ ਜਦੋਂ ਚੱਲੇਗਾ ਉਦੋਂ ਇਹ ਵੀ ਸਾਰੇ ਮਸਰੂਫ ਹੋ ਜਾਣਗੇ ਹੁਣ ਜਿਹੜਾ ਫਾਰਗ ਰਹਿ ਰਹੇ ਹੋ ਤੁਹਾਨੂੰ 1 ਮਹੀਨਾ 1.5 ਮਹੀਨਾ ਹੋ ਗਿਆ ਹੈ ਫਾਰਗ ਹੋਇਆ ਨੂੰ ਤੇ ਹੁਣ ਜਿਹੜਾ ਡਾਂਸਰ ਆਪਣੇ ਬੱਚਿਆਂ ਨੂੰ ਸੁਆਉਂਦੇ ਓਏ ਗੁੱਲੇਮਾਨੇ ਨਾ ਕਰੋ ਐਸੇ ਨਹੀਂ ਕਰਦੇ ਸ਼ਰਾਰਤ ਨਹੀਂ ਕਰਨੀ ਅੱਛਾ ਮੈਂ ਤੁਹਾਨੂੰ ਬਤਾ ਰਹੀ ਹਾਂ ਸ਼ਰਾਰਤ ਨਹੀਂ ਕਰੋ ਹੂੰ ਨਾ ਨਾ ਇਹਦਾ ਮਤਲਬ ਤੁਸੀਂ ਉਹ ਘਰ ਵੀ ਕੋਈ ਇਸ ਤਰ੍ਹਾਂ ਦਾ ਮਾਮਲਾ ਕਰਦੇ ਹੋ ਕਿ ਸਿਰਫ ਸਟੇਜ ਤੇ ਡਾਂਸ ਕਰਦੇ ਹੋ ਨਹੀਂ ਸਟੇਜ ਤੇ ਕਰੀਦਾ ਲੇਕਿਨ ਘਰ ਦੇ ਵਿੱਚ ਇਹ ਵੀ ਕਿ ਜਰਾ ਆਮ ਰੂਟੀਨ ਦੇ ਵਿੱਚ ਜਦੋਂ ਅਸੀਂ ਘਰ ਦੇ ਵਿੱਚ ਹੋਏ ਤਾਂ ਜਿਸ ਤਰ੍ਹਾਂ ਤਕਰੀਬਨ ਮਹੀਨਾ ਡੇਢ ਹੋ ਗਿਆ ਹੈ ਕਿ ਘਰ 'ਚਾ ਕੰਮ ਵੱਧਦੇ ਕੰਮ ਵਗੈਰਾ ਨਹੀਂ ਚੱਲ ਰਿਹਾ ਤੋ ਘਰ ਦੇ ਵਿੱਚ ਰਹੈਸਲ ਵਗੈਰਾ ਹੋ ਗਈ ਫਿਰ ਘਰ 'ਚ ਝਾੜੂ ਦੇਣਾ ਆਟਾ ਗੁੰਨਾ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਉਹ ਤੁਸੀਂ ਕਿਦਾਂ ਆਟਾ ਗੁੰਨੋ ਪਾਰ ਆਦ ਕਿਦਾਂ ਕਰਨੇ ਨੇ ਆਮਔਰਤ ਤੁਹਾਨੂੰ ਪਤਾ ਵੀ ਆਟਾ ਬੜੇ ਪਿਆਰ ਨਾਜ਼ੁਕ ਤਰੀਕੇ ਨਾਲ ਗੁੰਦੀ ਹੋएगी ਤੇ ਤੁਸੀਂ ਜਿਹੜਾ ਫਨਕਾਰ ਜਿਹੜਾ ਡਾਂਸਰ ਤੇ ਉਹਨੂੰ ਘਰ ਬੈ ਕੇ ਆਟਾ ਗੁੰਨਣਾ ਪੈ ਗਿਆ ਤੇ ਉਹਨੇ ਆਪਣੇ ਸਟਾਈਲ ਨਾਲ ਗੁੰਨਣਾ ਹਾਂਜੀ ਐਵੇਂ ਕੀ ਆਟਾ ਝਾੜੂ ਵੀ ਬੜਾ ਖੂਬਸੂਰਤ ਲੋਕ ਬੜੇ ਬੜੀ ਬੜੀ ਦੂਰੋਂ ਦੇਖਣ ਆਦੇ ਹੋਣਗੇ ਨਹੀਂ ਅਜਾ ਨੀਤਾ ਰਾਣੀ ਨੇ ਝਾੜੂ ਦੇਣਾ ਨਹੀਂ ਦੇਖਣ ਆਲੀ ਹੁੰਦੀ ਨਹੀਂ ਝਾੜੂ ਦਿੰਦੀ ਮੈਂ ਤੁਹਾਨੂੰ ਕੀ ਦੱਸਾਂ ਵੀ ਐਂ ਦਿੰਦੀ ਐਂ ਝਾੜੂ ਐ ਹਾਂ ਇਹ ਤੁਸੀਂ ਝਾੜੂ ਦਿਂਦੀ ਦਾ ਸੁਣਿਆ ਹੈ ਝਾੜੂ ਮਾਰਦੀ ਦਾ ਨਹੀਂ ਸੁਣਿਆ ਅੱਛਾ ਤਾਂ ਇਹ ਬੰਦਾ ਬਹੁਤ ਰਾਸ਼ੇ ਚੱਬ ਕੀ ਹੋ ਗਿਆ ਤਾਂ ਉਹ ਤੁਸੀਂ ਲੇਕਨ ਬੰਦਾ ਕਮਾਂਦਾ ਦੇਖ ਕੇ ਮਾਰਦੇ ਹੋਵੋਗੇ ਕਿ ਕਿਹੜਾ ਐਂਕਰਾਂ ਨੂੰ ਮਾਰਦੇ ਹੋ ਤੁਸੀਂ ਝਾੜੂ ਨਹੀਂ ਐਂਕਰਾਂ ਨੂੰ ਵੀ ਪੈ ਜਾਂਦੇ ਹੁੰਦੇ ਜਦੋਂ ਕੋਈ ਪੁੱਠੀ ਗੱਲ ਕਰਨ ਨਹੀਂ ਨਹੀਂ ਅਸੀਂ ਗੱਲ ਹੀ ਕਰਾਂਗੇ ਅਸੀਂ ਸਿੱਧੀਆਂ-ਸਿੱਧੀਆਂ ਕਰਾਂਗੇ ਅਸੀਂ ਸਿੱਧੀਆਂ ਜਰਾ ਚਾਰ ਵੱਧ ਕਰ ਲਵਾਂਗੇ ਅਸੀਂ ਪੁੱਠੀ ਤੁਹਾਡੇ ਨਾਲ ਗੱਲ ਕਰਕੇ ਝਾੜੂ ਖਾਣਾ ਵਾ ਜੀ 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 ਝਾੜੂ ਤਾਂ ਵੈਸੇ ਨਹੀਂ ਪਤਾ ਤੁਹਾਨੂੰ ਪਤਾ ਵੀ ਇਹ ਤੀਲੇ ਲੱਗਦੇ ਨੇ ਨਹੀਂ ਖਾਧਾ ਜਾਂਦਾ ਹਾਂਜੀ 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 ਅੱਛਾ ਤਾਂ ਅਨੀਤਾ ਸਤਾਨੀ ਅਨੀਤਾ ਅਰਾਨ سوال ہمارا یہ ہے کہ وہ کون سی چیز ہے جو گلے ملے تو گلا دبا دیتی ہے۔ گلے ملے تو گلا دبا دیتی ہے۔ گلا دبا دیتی ہے۔ اے مشوک ہمم مشوک نہیں نہیں مشوک مشوک گلا دباوندی گرل فرینڈ جس طرح ہو گئی گرل فرینڈ جڑی وہ گلا دبا دندی ہے وہ ظاہر ہے انہوں نے جب ان کر کے وہ فرمائش کرنی ہے تو یہی سمجھ لو کہ انہیں گلا ہی دبانا جی دی جیب چوں پیسے دےانے نے او دا تے گلا ہی کٹیا جانا انیتا کھبرانی اور انیتا ایرانی इसका मकसद ये नहीं है वो कौन सी चीज है जो गले मिले तो गला दबा देती है तो ये दस हजार रुपये का सवाल है दस हजार रुपये आपको पता है क्या है जब फनकार फारग होता है तो उसको फिर पता चलता है दस हजार रुपया क्या है जी 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 बिल्कुल, बिल्कुल. जब वो काम करता है उसको नहीं हम ये तो होती है, दस हजार की उसको ब, 50000 ਕੀ ਲੱਖ ਕੋਈ ਹਮiyet ਨਹੀਂ ਹੁੰਦੀ ਲੇਕਿਨ ਜਦ ਫਾਰਗ ਹੁੰਦਾ ਹੈ ਤੋ ਉਸ ਸੇ ਪੁੱਛ ਕੇ ਦੇਖੇ 10000 ਕੀ ਹੁੰਦਾ ਹੈ ਆਪਕੋ ਸਵਾਲ ਬਤਾਨਾ ਪੜੇਗਾ ਬਿਲਕੁਲ ਬਿਲਕੁਲ 10000 ਇੱਕ ਰਕਮ ਹੁੰਦੀ ਹੈ ਉਹਨੂੰ ਇਕੱਠੇ ਕਰਨ ਲਈ ਬੜਾ ਟਾਈਮ ਲੱਗਦਾ ਹੈ ਜਿਸ ਤਰ੍ਹਾਂ ਤੁਸੀਂ ਹੁਣ 10000 ਇਕੱਠਾ ਕੀਤਾ ਰੁਪਈਆ ਰੁਪਈਆ ਕਰਕੇ ਕਿੰਨਾ ਟਾਈਮ ਲੱਗਾ ਤੁਹਾਨੂੰ ਇਸ 10000 ਅੱਛਾ ਅਨੀ ਜਦੋਂ ਤੁਸੀਂ ਮੈਨੂੰ ਦੇਣਾ ਹੈ ਤੇ ਤੁਹਾਡੇ ਇੰਜ ਕਰਕੇ ਦਿਲ ਨੂੰ ਹੱਥ ਪੈਣਾ ਅਨੀਤਾ ਇਰਾਨੀ ਜਿਹੜਾ 10000 ਰੁਪਈਆ ਇਕੱਠਾ ਕਰਨਾ ਵਾ ਇਹ ਸਾਡੇ ਵਾਸਤੇ ਪਰੇਸ਼ਾਨੀ ਹੈ ਵਾ ਤੁਹਾਡੇ ਵਾਸਤੇ ਵੀ ਇੰਨੀ ਪਰੇਸ਼ਾਨੀ ਹੈ ਪਰਵਾਹ ਨਹੀਂ ਕਰਦੇ ਅੱਛਾ ਇਹ ਆਰਟਿਸਟਾਂ ਨੂੰ ਪਤਾ ਹੁੰਦਾ ਹੈ ਕਿ ਪੈਸੇ ਆ ਰਹੇ ਨੇ ਕੰਮ ਕਰ ਰਹੇ ਆ ਹੁਣ ਜਿਸ ਤਰ੍ਹਾਂ ਕਿ ਮੌਜੂਦਾ ਹਾਲਾਤ ਦੁਨੀਆ ਦੇ ਹੋਏ ਪਏ ਨੇ ਮੁਲਕ ਦੇ ਜੋ ਮੌਜੂਦਾ ਹਾਲਾਤ ਹੋਏ ਪਏ ਨੇ ਇਸ ਟਾਈਮ ਰਾਸ਼ਦ ਸਾਹਿਬ ਹਰ ਬੰਦਾ ਹਰ ਫਨਕਾਰ ਇਸ ਟਾਈਮ ਆਪਣੇ ਘਰ ਦੇ ਵਿੱਚ ਪਰੇਸ਼ਾਨ ਹੈ ਤੇ ਜਿਹੜਾ ਆਰਟਿਸਟ ਖੁਦ ਹੀ ਪਰੇਸ਼ਾਨ ਹੈ ਉਹਨੇ ਪਬਲਿਕ ਨੂੰ ਕੀ ਹਸਾਣਾ ਹੈ ਜਾਂ ਕੀ ਇੰਜੋਏ ਕਰਾਣਾ ਹੈ ਕਿਉਂਕਿ ਜ਼ਿਆਦਾਤਰ ਆਰਟਿਸਟਾਂ ਦੀਆਂ ਪ੍ਰੋਬਲਮਸ ਜਿਹੜੀਆਂ ਨੇ ਨਾ ਉਹ ਆਵਾਮ ਨੂੰ ਨਹੀਂ ਪਤਾ ਕਿਉਂਕਿ ਆਵਾਮ 'ਚ ਔਰ ਆਰਟਿਸਟ ਦੇ ਵਿੱਚ ਇੱਕ ਹੁੰਦਾ ਪਰਦਾ ਪਰਦਾ ਬਿਲਕੁਲ ਤੁਸੀਂ ਆਰਟਿਸਟ ਹੋ ਤੁਸੀਂ ਬੜੇ ਅچھے ਤਰੀਕੇ ਨਾਲ ਇਸ ਗੱਲ ਨੂੰ ਫਾਲੋ ਕਰੋਗੇ ਇੱਕ ਪਰਦਾ ਹੁੰਦਾ ਹੈ ਆਰਟਿਸਟ ਜਿਹੜੇ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਸਫੇਦ ਪੋਸ਼ ਹੁੰਦੇ ਨੇ ਬਿਲਕੁਲ ਸਫੇਦ ਪੋਸ਼ ਉਹਨਾਂ ਨੂੰ ਤੇ ਸਿੱਧੀ ਗੱਲ ਹੈ ਕਿ ਕਿਸੇ ਕੋਲੋਂ ਕਹਿਣ ਲੱਗੇ ਜਾਂ ਮੰਗਣ ਲੱਗੇ ਵੀ ਸ਼ਰਮ ਆਂਦੀ ਹੈ ਸ਼ਰਮ ਆਉਂਦੀ ਹੈ ਇਹ ਵਾਕਈ ਇਹ ਸਫੈਦ ਪੋਸ਼ ਹੁੰਦੇ ਨੇ ਤੇ ਕਈ ਵਲੇ ਬਾਸਕਾ ਤੇ ਰੂਪ ਪੋਸ਼ ਵੀ ਹੋ ਜਾਂਦੇ ਨੇ ਗਾਇਬ ਹੋ ਜਾਂਦੇ ਨੇ ਕਿਤੇ ਦੂਰ ਚਲੇ ਜਾਂਦੇ ਨੇ ਨਹੀਂ ਤੁਸੀਂ ਜਿਹੜੀ ਫੀਲਡ ਦੇ ਵਿੱਚ ਸ਼ਾਦੀ ਕਰਿਆ ਤੁਹਾਡਾ ਹਸਬੰਡ ਵੀ ਇਹਦਾ ਮਤਲਬ ਫੀਲਡ ਨਾਲ ਰਿਲੇਟਡ ਹੈ ਜੀ ਬਿਲਕੁਲ ਬਿਲਕੁਲ ਤੁਹਾਡੇ ਨਾਲ ਪਰਫਾਰਮੈਂਸ ਵੀ ਕਰਦਾ ਹੈ ਹਾਂ ਜੀ ਅਸੀਂ ਦੋਨੋਂ ਮੀਆਂ ਬੀਵੀ ਇਕੱਠੇ ਪਰਫਾਰਮ ਕਰ ਇਕੱਠੇ ਕਰਦੇ ਹੋ ਜੀ 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 ਅਗਰ ਕਿਸੇ ਹੋਰ ਨੂੰ ਤੁਹਾਡੇ ਨਾਲ ਪਰਫਾਰਮੈਂਸ ਕਰਨੀ ਪੈਜੀ ਉਹਦੀ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਨਹੀਂ ਨੋ ਡਾਊਟ ਕੋਈ ਪ੍ਰੋਬਲਮ ਨਹੀਂ ਜਿਹੜਾ ਮਰਜੀ ਡਾਂਸ ਕਰੇ ਤੁਸੀਂ ਆਈਸੇ ਡਾਂਸ ਕਰਨਾ ਲੇਕਿਨ ਡਾਂਸ ਅੱਛਾ ਹੋਣਾ ਚਾਹੀਦਾ ਹੈ ਅੱਛਾ ਅੱਛਾ ਅੱ ਹਾਂ ਡਾਂਸਰ ਕੰਮ ਆਣਾ ਚਾਹੀਦਾ ਮੈਂ ਉਹੀ ਗੱਲ ਕਰ ਰਹੀ ਹਾਂ ਕਿ ਕੰਮ ਆਣਾ ਚਾਹੀਦਾ ਕੰਮ 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 ਜਿਹੜਾ ਇਨਸਾਨ ਦੀ ਜ਼ਿੰਦਗੀ ਵਾਸਤੇ ਬਹੁਤ ਜ਼ਰੂਰੀ ਹੈ ਬਿਲਕੁਲ ਬਿਲਕੁਲ ਵਾਹ ਵਾਹ ਅਨੀਤਾ ਜ਼ਿਲ੍ਹੇ ਸੁਭਾਨੀ ਉਹ ਅਨਿਆ ਅਨੀਤਾ ਇਰਾਨੀ ਜੀ ਜੀ ਆਪਨੇ ਸਵਾਲ ਜੋ ਕੁਐਸਚਨ ਮੈਨੇ ਆਪਸੇ ਪੁੱਛਾ ਹੈ ਉਹ ਕੌਨ ਸੀ ਚੀਜ਼ ਹੈ ਜੋ ਗਲੇ ਲਗਾਓ ਤੋ ਗਲਾ ਦਬਾ ਦੇਤੀ ਹੈ 10000 ਰੁਪਏ ਦਾ ਸਵਾਲ ਆ 10000 ਰੁਪਏ ਦਾ ਇਹ ਨਾ ਦੱਸਿਆ ਤੋ ਦੇਖ ਲੈ ਤੇਰੇ ਬੰਦੇ ਨੇ ਪਹਿਲੇ ਗੱਲ ਤੇ ਤੈਨੂੰ ਇੱਥੇ ਲੜਾਈ ਪਾ ਲੈਣੀ ਹੋਵੇ ਤੋ ਕਿਉਂ ਨਹੀਂ ਦੱਸਿਆ अच्छा सवाल दोबारा रिपीट करना जरा अगर गले मिले ਤੇ গলা ਦਬਾ ਦਿੰਦੀ ਹੈ ਕਿਹੜੀ ਚੀਜ਼ ਹੈ ਐਸੀ ਇਹ ਇਹ ਤਾਈ ਤਾ ਤਾ ਤਾਈ ਲਗਾਉਂਦੇ ਆ ਤੇ ਉਹ ਹੈ ਤਾਈ ਨਹੀਂ ਤਾਈ ਰਾਣੀ ਜੀ ਮੈਨੂੰ ਤਾਂ ਤੂੰ ਦੇਤੀ ਨਾ ਪਰੇਸ਼ਾਨੀ ਕਿਉਂ ਜਵਾਬ ਤੇਰਾ درست ਆ ఓ ਵੈਰੀ ਗੁੱਡ 1000 10000 ਰੁਪਏ ਦਾ ਤੇਨਾਂ ਸਵਾਲ ਕੀਤਾ ਸੀ ਤੇ ਤੂੰ 10000 ਰੁਪਏ ਦਾ ਬੇੜਾ ਕਰ ਕਰਕੇ ਰੱਖ ਦਿੱਤਾ ਤੈਨੂੰ ਕਿਹੜੀ ਲੋੜ ਸੀ ਦੱਸਣ ਦੀ ਹੈ ਮੈਂ ਪੈਸੇ ਤੁਹਾਨੂੰ ਦੱਸਿਆ ਰਾਸ਼ਦ ਸਾਹਿਬ ਅੱਜ ਲੈ ਕੇ ਜਾਣੇ ਤੁਹਾਡੇ ਕੋਲ ਅੱਜ ਫਿਰ ਤੂੰ ਲੈ ਕੇ ਜਾਣੇ ਤੇ ਬਸ ਠੀਕ ਆ ਪਰ ਅਗਲੇ ਸਵਾਲ ਦੀ ਤਿਆਰੀ ਕਰ ਲਾ ਜੀ ਹੁਣ ਅਗਲਾ ਸਵਾਲ ਤੈਨੂੰ ਲੱਖ ਰੁਪਏ ਦਾ ਪੁੱਛਣਾ ਹੈ ਨੀਤਾ ਇਰਾਨੀ ਲੱਖ ਰੁਪਏ ਉਹ ਆ ਜਦੋਂ ਡਰਾਮੇ ਚੱਲ ਵੀ ਪਏ ਤੇਰਾ ਦਿਲ ਕਨਾਮਾ ਫੇਰ ਵੀ ਨਾ ਕਰਾਂ ਮੈਂ ਆਹ ਪ੍ਰੋਗਰਾਮ ਕਰਾਂ ਕਿਉਂਕਿ ਮੈਨੂੰ ਲੱਖ ਲੱਖ ਮਿਲਣਿਆ ਵਾ ਨਹੀਂ ਦੇਖੋ ਜੀ ਅਗਰ ਸਾਡਾ ਪ੍ਰੋਗਰਾਮ ਹਿੱਟ ਹੋ ਜਾਂਦਾ ਹੈ ਤੁਹਾਡਾ ਪ੍ਰੋਗਰਾਮ ਆਵਾਮ ਪਸੰਦ ਕਰਦੀ ਏ ਤੇ ਸਾਨੂੰ ਤੇ ਦਿਲ ਹੀ ਖੁਸ਼ੀ ਹੋਏਗੀ ਕਿ ਰਾਸ਼ਦ ਕਮਾਲ ਸਾਹਿਬ ਤੁਹਾਡੇ ਨਾਲ ਦੁਬਾਰਾ ਸੀ ਇਹ ਪ੍ਰੋਗਰਾਮ 'ਚ ਆਈਏ ਔਰ ਦੁਬਾਰਾ ਤੁਹਾਡੇ ਨਾਲ ਕੰਮ ਕਰੀਏ ਸਾਨੂੰ ਤੇ ਦਿਲ ਹੀ ਖੁਸ਼ੀ ਹੋਏਗੀ ਪ੍ਰੋਗਰਾਮ ਜਿਹੜਾ ਅਸੀਂ ਲੋਗਾਂ ਬਾਕੀ ਸਾਰੀਆਂ ਗੱਲਾਂ ਦੀ ਇੱਕ ਗੱਲ ਇਹ ਪੈਸੇ ਮੈਂ ਲੈਣੇ ਰਾਸ਼ਦ ਪੈਸੇ ਤੂੰ ਲੈਣੇ ਮੈਨੂੰ ਪਤਾ ਵਾ ਤੂੰ ਤਾਂ ਪ੍ਰੋਡੂਸਰ ਨਾਲ ਪੰਗਾ ਪਾ ਕੇ ਬੈਜੇ ਨਹੀਂ ਹ ਪੈਸਾ ਜ਼ਰੂਰੀ ਹੈ ਇਨਸਾਨ ਦੀ ਜ਼ਿੰਦਗੀ ਵਾਸਤੇ ਹਰ ਬੰਦੇ ਵਾਸਤੇ ਜ਼ਰੂਰੀ ਹੈ ਇਹ ਪ੍ਰੋਗਰਾਮ ਦਾ ਵੀ ਇਹੀ ਮਕਸਦ ਹੈ ਕਿ ਅਸੀਂ ਪੈਸਾ ਕਮਾਈਏ ਲੋਕ ਸਾਡੀ ਵੀਡੀਓ ਦੇਖਣ ਔਰ ਵੀਡੀਓ ਦੇਖਣ ਕਈ ਤੇ ਸ਼ੌਕ ਨਾਲ ਵੇਖਣਗੇ ਕਈ ਵਿਚਾਰੇ ਸਾਡੇ ਸਿਰਫ ਅਹਿਸਾਸ ਕਰਨ ਦੇ ਵਾਸਤੇ ਦੇਖਣਗੇ ਕਿ ਯਾਰ ਵੇਲੇ ਬੰਦੇ ਆ ਚਲ ਯਾਰ ਕੁਝ ਕਰਨ ਦੇ ਇਹਨਾਂ ਨੂੰ ਵੇਖੋ ਹੂੰ ਹੂੰ ਤੇ ਇਹ ਦੂਸਰਾ ਸਵਾਲ ਤੁਸੀਂ ਬੜਾ ਅੱਛਾ ਉਹਦਾ ਜਵਾਬ ਦਿੱਤਾ ਉਹਦਾ ਜਵਾਬ ਵੀ ਇਹੀ ਸੀਗਾ ਕਿ ਟਾਈ ਜਦੋਂ ਇਨਸਾਨ ਗਲੇ ਨੂੰ ਲਾਉਂਦਾ ਤੇ ਗਲਾ ਘੁੱਟਦੀ ਆ ਉਹ ਬਾਹਰ ਜਿਹੜੀ ਐਸੀ ਚੀਜ਼ ਹੈ ਅਨੀਤਾ ਕੁਮਾਨੀ ਉਹ ਅਨੀਤਾ ਇਰਾਨੀ ਜੀ ਆਪਕੇ ਸਾਥ ਅਬ 1 ਕਰੋੜ ਰੁਪਏ ਕਮੈ ਸਵਾਲ ਕਰਨੇ ਲਗਾ ਹਾਂ 1 ਕਰੋੜ ਰੁਪਏ ਦਾ ਸਵਾਲ ਹੈ 1 ਕਰੋੜ ਰੁਪਏ ਤੁਹਾਨੂੰ ਪਤਾ ਕਿੰਨੇ ਲੱਖ ਹੁੰਦੇ ਨੇ ਹਾਂਜੀ ਕਿੰਨੇ ਹੁੰਦੇ ਨੇ ਮੂੰਹ ਸਲਾਮਤ ਹੋਣਾ ਚਾਹੀਦਾ ਲੱਖ ਬੜੇ ਮੈਂ ਤੁਹਾਨੂੰ ਲੱਖ ਤੋਂ ਪੁੱਛਿਆ ਵਾ ਲੱਖ ਦੀ ਗੱਲ ਹੀ ਕਰ ਰਹੇ ਨਹੀਂ ਮੈਂ ਕਿਹੜੇ ਕਰੋੜ ਰੁਪਏ ਚ ਕਿੰਨੇ ਲੱਖ ਹੁੰਦੇ ਨੇ ਅਗਰ ਕਿੰਨੇ ਹਜ਼ਾਰ ਰੁਪਏ ਦੇ ਨੋਟ ਹੁੰਦੇ ਨੇ ਪਤਾ ਹੈ ਜੀ ਜੀ ਬਿਲਕੁਲ ਬਿਲਕੁਲ ਨਹੀਂ ਨਹੀਂ ਅੱਛਾ ਜੀ ਹਾਂਜੀ ਇਹ ਵੀ ਪਤਾ ਤੈਨੂੰ ਤੂੰ ਕੌਣ ਆ ਨੀਤਾ ਪਰੇਸ਼ਾਨੀ ਤੂੰ ਕੌਣਾ ਰਾਸ਼ਦ ਦਲਾਲ ਅਨੀਤਾ ਦਰਦਾਨੀ ਇਹ ਕੀ ਗੱਲ ਹੋਈ ਵੀ ਰਾਸ਼ਦ ਦਲਾਲ ਸੌਰੀ ਕਮਾਲ ਏ ਕਮਾਲ 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 ਹੀ ਕਮਾਲ ਉਹ ਕਮਾਲ ਮੈਨੂੰ ਕੋ ਸਮਝ ਨਹੀਂ ਨਾ ਆ ਰਹੀ ਇਹ ਸਮਝ ਤੈਨੂੰ ਆ ਜਾਣੀ ਕਿ ਜਦੋਂ ਤੂੰ ਕਰੋੜ ਜਦੋਂ ਤੂੰ ਕਰੋੜ ਰੁਪਏ ਜਿੱਤਣਾ ਮੈਂ ਤੈਨੂੰ 1 ਕਰੋੜ ਰੁਪਏ ਜਦੋਂ ਫੌਰੀ ਦੇਣਾ ਤੂੰ ਆਪ ਇੱਥੇ ਨੱਚਦੀ ਨੇ ਕਹਿਣਾ ਨਹੀਂ ਕਮਾਲ ਆਈ ਜਾਂ ਨਹੀਂ ਨਹੀਂ ਕਮਾਲ ਆਈ ਜਾਂ ਨਹੀਂ ਨਹੀਂ ਅਸਲ ਕਮਾਲ ਆਈ ਚਲੋ ਸਵਾਲ ਕਰੋ ਸਵਾਲ ਤੁਹਾਡੇ ਨਾਲ ਸਾਡਾ ਲਾਸਟ ਸਵਾਲ ਹੈ ਆਖਰੀ ਸਵਾਲ ਹੈ 1 ਕਰੋੜ ਰੁਪਏ ਦਾ ਸਵਾਲ ਹੈ ਅਗਰ ਤੁਸੀਂ ਦਿਓਗੇ ਤਾਂ ਤੁਹਾਡੇ ਫੌਰੀ ਅਕਾਊਂਟ ਦੇ ਵਿੱਚ ਅਸੀਂ ਪੈਸੇ ਭੇਜਣ ਦੀ ਕੋਸ਼ਿਸ਼ ਕਰਾਂਗੇ ਅੱਛਾ ਸਵਾਲ ਇਹ ਵੇ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਜਿਹੜਾ ਬੰਦਾ ਲੁਕੋ ਕੇ ਚੱਲਦਾ ਹੈ ਤੇ ਔਰਤ ਜਿਹੜੀ ਦਿਖਾ ਕੇ ਚਲਦੀ ਹੈ ਬੰਦਾ ਲੁਕੋ ਕੇ ਚੱਲਦਾ ਹੈ ਤੇ ਔਰਤ ਦਿਖਾ ਕੇ ਚਲਦੀ ਹੈ ਜੀ ਤਨਖਾ ਨਾ 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 ਅਨੀਤਾ ਘਬਰਾਨੀ ਇਸ ਸਵਾਲ ਦਾ ਜਵਾਬ ਦੋਗੇ ਤਾਂ 1 ਕਰੋੜ ਰੁਪਇਆ ਆਪਕੇ ਅਕਾਊਂਟ ਮੇ ਟੂ 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 1 ਕਰੋੜ ਰੁਪਇਆ ਜਦੋਂ ਤੇਰੇ ਅਕਾਊਂਟ ਚ ਜਾਣਾ ਨਾ ਘੰਟਾ ਜਾਈ ਜਾਣਾ ਟੂ 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 ਹਜ਼ਾਰਾਂ ਦੇ ਹਜ਼ਾਰਾਂ ਨੋਟ ਜਾਣੇ ਐ ਯਾਨੀ ਕਰੋੜ ਰੁਪਇਆ ਦਈਏ ਤੇ ਘੰਟਾ ਜਾਂਦਾ ਹੈ ਤੇ ਫਿਰ ਕਰੋੜ ਆਉਂਦਾ ਫਿਰ ਕਰੋੜ ਆਉਂਦਾ ਘੰਟਾ ਜਾਂਦਾ ਇਹ ਤੁਸੀਂ ਮੈਨੂੰ ਦੱਸਿਆ ਰਸ਼ਦ ਸਾਹਿਬ ਨਹੀਂ ਉਹ ਤੁਸੀਂ ਆਪਣੇ ਪੈਸੇ ਜਦੋਂ ਟ੍ਰਾਂਸਫਰ ਕਰੋ ਹਾਂ ਟ੍ਰਾਂਸਫਰ ਜਦੋਂ ਕਰੋ ਨਾ ਫਿਰ ਕਿੰਨੇ ਨੋਟ ਜਾਈ ਜਾਂਦੇ ਢਕੜ 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 ਮਸ਼ੀਨ ਚੱਲਦੀ ਹੈ ਪੈਸੇ ਗਿਣਦੀ ਅੱਛਾ ਕਿਹੜੀ ਚੀਜ਼ ਹੈ ਜਿਹੜਾ ਬੰਦਾ ਜਿਹੜਾ ਵਾ ਉਹ ਛੁਪਾ ਕੇ ਚੱਲਦਾ ਵਾ ਤੇ ਔਰਤ ਦਿਖਾ ਕੇ ਚਲਦੀ ਹੈ ਔਰਤ ਦਿਖਾ ਕੇ ਚਲਦੀ ਹੈ 1 ਕਰੋੜ ਰੁਪਏ ਦਾ ਸਵਾਲ ਆ ਨੀਤਾ ਜ਼ਿਲ੍ਹੇ ਸੁਬਹਾਨੀ ਤੁਸੀਂ ਮੁਸ਼ਕਲ ਚ ਪਾਤਾ ਮੈਨੂੰ ਰਾਜਾ ਮੈਂ ਤੈਨੂੰ ਹਜੇ ਇੱਕ ਹੋਰ ਇਸ ਤਰ੍ਹਾਂ ਕੀਤਾ ਉੱਥੇ ਪਾਉਣਾ ਤੈਨੂੰ ਜਾ ਕੇ ਹਨਾ ਥੱਕ ਜੰਗੀ ਜਦੋਂ ਅੱਛਾ ਇਹ ਸਵਾਲ ਦਾ ਜਵਾਬ ਦੇਣ ਲੱਗੇ ਤੈਨੂੰ ਥਕਾਵਟ ਹੋਣੀ ਤੇਰੇ ਦਿਮਾਗ ਦੀਆਂ ਸਾਰੀਆਂ ਨਸਾਂ ਖੁੱਲਣੀਆਂ ਆਵਾ ਫੇਰ ਤੈਨੂੰ ਪਤਾ ਲੱਗਣਾ ਕਿ ਕਿਹੜੀ ਚੀਜ਼ ਆ ਜਿਹੜਾ ਬੰਦਾ ਜਿਹੜਾ ਉਹ ਲੁਕੋ ਕੇ ਤੇ ਔਰਤ ਜਿਹੜੀ ਦਿਖਾ ਕੇ ਚਲਦੀ ਆ ਦਿਖਾ ਕੇ ਚ दस फस गई अनीता फस गई अनीता फस नहीं नहीं फसी नहीं फसी अच्छा नीता शादी तेरी होगी कितने बच्चे कितने एक बेटा मेरा एक बेटा एक बेटा तेरा माशाल्लाह माशाल्लाह बड़ी खूबसूरत कितनी कितनी की देर तक बेटा हो गया तेरा बेटा मेरा आठ साढ़े आठ साल आठ साढ़े आठ साल का बेटा है तुम्हारा वेरी गुड नाइस आपको क्या कहता है मामा जी जी

ਯਾ ਅੱਬਾ ਅਨੀਤਾ ਸਤਾਨੀ ਉਹ ਕਹਿੰਦੇ ਮuje ਪਾਪਾ ਡੈਡੀ ਪਾਪਾ ਉਹ ਜਿਹੜਾ ਚਾਹ ਨਾ ਖਾਈਦਾ ਹੁੰਦਾ ਉਹ ਚਾਹ ਵਾਲਾ ਤੁਹਾਨੂੰ ਨਹੀਂ ਪੁੱਛ ਸਕਦਾ ਕਿਉਂਕਿ ਚਾਹ ਵਾਲਾ ਜਦੋਂ ਚਾਹ ਚ ਜਾਂਦਾ ਨਾ ਬੜਾ ਐ ਹੋ ਜਾਂਦਾ ਹੂੰ ਹੂੰ ਇਹ ਇਹ ਇਹਦੀਆਂ ਬੜੀਆਂ ਕਿਸਮਾਂ ਨੇ ਅਸਲ 'ਚ ਤੁਸੀਂ ਤੁਹਾਨੂੰ ਕਿਹੜਾ ਅਸਲ ਤੁਹਾਨੂੰ ਕਿਹੜਾ ਰਸ ਪਸੰਦ ਹੈ ਜਿਹੜਾ ਚਾਹ ਦੇ ਵਿੱਚ ਜਾ ਕੇ ਢਿਲਾ ਜਾ ਐ ਹੋ ਜਾਂਦਾ ਜਾਂ ਜਿਹੜਾ ਚਾਹ ਚ ਜਾ ਕੇ ਵੀ ਐਂ ਰਹੇ ਨਹੀਂ ਅਕਸਰ ਐ ਜਿਹੜੇ ਮੁੰਡੇ ਕੜਾਈਆਂ ਵਾਲੀਆਂ ਦੁਕਾਨਾਂ ਦੇ ਉੱਤੇ ਕੰਮ-ਸ਼ਾਮ ਨਹੀਂ ਕਰਦੇ ਜਿਹੜੇ ਹੂੰ ਹੂੰ ਸੂਟ ਕੜਾਈ ਵਗੈਰਾ ਇਹ ਉਹ ਹਾਂਜੀ ਹਾਂਜੀ ਕਰਦੇ ਨੇ ਉਹ ਉਹਨਾਂ ਨੂੰ ਜਦੋਂ ਸਵੇਰ ਸਵੇਰ ਨਾਸ਼ਤੇ ਦੇ ਵਿੱਚ ਚਾਹ ਤੇ ਪਾਪੇ ਦਿੱਤੇ ਜਾਂਦੇ ਨੇ ਤੇ ਮਤਲਬ ਤੁਹਾਨੂੰ ਪਤਾ ਹੀ ਹੈ ਕਿੱਡੇ ਸ਼ੌਕ ਨਾਲ ਬੱਚੇ ਖਾਂਦੇ ਨੇ ਤੁਸੀਂ ਵੀ ਕਰਦੇ ਰਹੇ ਹੋ ਕਾਫੀ ਦੇਰ ਮੇਰੇ ਖਿਆਲ ਨਾਲ ਤਾਂ ਦੇ ਵਿੱਚ ਪਤਾ ਹੋਣਾ ਦੇਖੋ ਜੀ ਸਾਰੇ ਜਿਹੜਾ ਵਾ ਆਰਟਿਸਟ ਜਿੰਨੇ ਵੀ ਨੇ ਜੀ ਜੀ ਉਹ ਜਿਹੜੇ ਆਰਟਿਸਟ ਹੋਣ ਤੋਂ ਪਹਿਲੇ ਕੁਛ ਨਾ ਕੁਛ ਕਾਰ ਹੀ ਰਹੇ ਸਨ ਨਾ ਉਹ ਵਕਤ ਜਿਹੜਾ ਉਹਨਾਂ ਦਾ guzreya ਕੁਛ ਕਰਕੇ guzreya ਫਿਰ ਉਹ ਫਨਕਾਰ ਬਣੇ ਨੇ ਇਸੇ ਤਰ੍ਹਾਂ ਸਾਰੇ ਫਨਕਾਰਾਂ ਦੇ ਪਿੱਛੇ ਲੰਮੀਆਂ ਸਟੋਰੀਆਂ ਨੇ ਲੰਮੀਆਂ ਹਿਸਟਰੀਆਂ ਨੇ ਕਿਉਂ ਕੀ ਕਰਦੇ ਰਹੇ ਨੇ ਹੁਣ ਤੁਹਾਡਾ ਤੁਸੀਂ ਇਸ ਤੋਂ ਪਹਿਲੇ ਦਸਤਾਨਾ ਫੈਕਟਰੀ 'ਚ ਕੰਮ ਕਰਦੇ ਸੀ ਨਹੀਂ ਸ਼ੋਭ ਜੀ ਹਾਂ ਦਸਤਾਨਾ 'ਚ ਨਹੀਂ ਨਹੀਂ ਤੇ ਮਸਤਾਨਾ ਫੈਕਟਰੀ ਮਸਤਾਨਾ ਫੈਕਟਰੀ 'ਚ ਅੱਛਾ ਜੀ ਉਹ ਵੈਰੀ ਗੁੱਡ ਕਿਹੜੀ ਦਸਤਾਨਾ ਫੈਕਟਰੀ ਜਿੱਥੇ ਕਦੀ ਦਸਤਾਨਾ ਫੈਕਟਰੀ ਦੇ ਵਿੱਚ 6 ਉਂਗਲਾਂ ਵਾਲਾ ਦਸਤਾਨਾ ਬਣਿਆ। ਉਹ ਛਾਂਗੇ ਬੰਦੇ ਦਾ ਜਿਹਦਾ ਇੱਕ ਉਠਾ ਇਦੋਂ ਕਦੇ। ਕਦੀ ਹੱਥ ਉੱਤੇ ਕਰਕੇ ਵੀ ਗੱਲ ਕਰਿਆ ਕਰੋ ਰਾਸ਼ੇਦ ਸਾਹਿਬ 5 ਉਂਗਲੀਆਂ ਹੁੰਦੀਆਂ ਨੇ। ਨਹੀਂ 5 6ਵੀਂ ਜਿਹੜੀ ਹਲਕੀ ਜਿਹੀ ਬਾਸਕਾਤ ਜਿਹੜੇ ਉਹ ਕਹਿੰਦੇ ਨੇ ਕੋ ਉਹ ਹਾਂਜੀ ਹਾਂਜੀ ਉਹ ਬੜੇ ਬੰਦਿਆਂ ਦੇ ਮੁਕੱਦਰ ਛਾਂਗਲਾ ਹੁੰਦਾ ਛਾਂਗਲਾ ਉਹਨੂੰ ਕਹਿੰਦੇ ਨੇ ਛਾਂਗਲਾ ਮੰਗਲਾ ਕਿ ਉਹਦਾ ਕਾਂਗਲਾ ਕੋਈ ਤਾਂ ਵੀ ਗੱਲ ਸੀ। ਹਾਂਜੀ ਹਾਂਜੀ अच्छा अनीता परेशानी गल है कि हुन तेरा सवाल जेड़ा 1 करोड़ रुपए ਦਾ करोड़ रुपए ਦਾ سوال ਦਾ ਜਵਾਬ ਅਗਰ ਦੇ ਦੇਂਗੀ ਜੀ ਤੇ ਤੇਰੀ ਜ਼ਿੰਦਗੀ ਬਣ ਜਾਣੀ ਹੈ ਤੈਨੂੰ ਪਤਾ ਨਹੀਂ करोड़ रुपए ਦਾ ਕੀ ਕੀ ਆਉਣਾ ਵਾ ਚਲੋ ਤੇਰੀ ਜ਼ੁਬਾਨ ਥੱਕ ਜਣੀ ਸਮਾਨ ਇਕੱਠਾ ਕਰਦਿਆਂ ਕਰਦੇ ਆ ਵੱਡੇ ਸਟੋਰ ਚ ਬੜੇਂਗੀ ਤੈਨੂੰ ਪਤਾ ਨਹੀਂ करोड़ रुपए ਦਾ ਕਿੰਨਾ ਕੁਝ ਆ ਜਾਣਾ ਵਾ ਆਖਰੀ ਸਵਾਲ 1 करोड़ रुपए ਦਾ ਸਵਾਲ ਆ ਉਹ ਕਿਹੜੀ ਚੀਜ਼ ਆ ਜਿਹੜਾ ਬੰਦਾ ਜਿਹੜਾ ਛੁਪਾ ਕੇ ਚੱਲਦਾ ਤੇ ਔਰਤ ਦਿਖਾ ਕੇ ਚੱਲਦੀ ਨਹੀਂ ਦੱਸ ਨਾ ਕਰੋੜ ਰੁਪਈਆ ਤੈਨੂੰ ਪਤਾ ਕਿੰਨਾ ਹੁੰਦਾ ਕਰੋੜ ਰੁਪਈਆ ਉਹ ਤਾਂ ਮੈਨੂੰ ਪਤਾ ਲੇਕਿਨ ਤੁਸੀਂ ਸਵਾਲ ਕੋਸਾਨ ਜਿਹਾ ਪੁੱਛ ਲਓ ਤੁਸੀਂ ਆਸਾਨ ਹੈ ਇਹ ਤੋਂ ਆਸਾਨ ਕੀ ਹੈ ਕਿ ਕਿਹੜੀ ਚੀਜ਼ ਹੈ ਜਿਹੜਾ ਬੰਦਾ ਲੁਕੋ ਕੇ ਚੱਲਦਾ ਔਰਤ ਜਿਹੜੀ ਦਿਖਾ ਕੇ ਚੱਲਦੀ ਹੈ ਇਹ ਸਵਾਲ ਤਾਂ ਬੰਦਾ ਪਤਾ ਨਹੀਂ ਕੀ ਕੀ ਲੁਕੋ ਕੇ ਚੱਲਦਾ ਹੁਣ ਤੁਹਾਨੂੰ ਮੈਂ ਕੀ ਕੀ ਦੱਸਾਂ ਰਾਜਾ ਤੇ ਔਰਤ ਕੀ ਕੀ ਦਿਖਾ ਕੇ ਚੱਲਦੀ ਹੁਣ ਦੱਸ ਨਾ ਦੱਸ ਨਾ ਦਿਨ ਤਾਂ ਬਹੁਤ ਪਤਾ ਹੋਣਾ ਕੀ ਕੀ ਮੈਂ ਐਦਾ ਨਹੀਂ ਜਵਾਬ ਮਨਵਾਉਂਦਾ ਤੁਸੀਂ ਕੋਈ ਹੋਰ ਸਵਾਲ ਚੇਂਜ ਕਰ ਨਹੀਂ 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 ਕਰੋੜ ਰੁਪਏ ਦਾ ਸਵਾਲ ਆ ਸਵਾਲ ਦਾ ਜਵਾਬ ਤੁਹਾਨੂੰ ਦੇਣਾ ਪੈਣਾ ਨੇ ਤੇ 1 ਕਰੋੜ ਰੁਪਇਆ ਜਿਹੜਾ ਵਾ ਤੁਸੀਂ ਸਿਰਫ 10000 ਤੇ 500 ਰੁਪਇਆ ਵੀ 500 ਕਿਉਂਕਿ ਮੈਂ ਰੱਖਣਾ ਤੁਹਾਡਾ ਹੂੰ ਹੂੰ 1000 ਤੇ 100 ਰੁਪਇਆ ਜਿਹੜਾ ਤੁਹਾਨੂੰ ਮਿਲਣਾ ਹੈ ਜੀ ਜੀ ਜਿਹੜੇ ਤੁਸੀਂ ਪਹਿਲੇ ਸਵਾਲਾਂ ਦਾ ਜਵਾਬ ਦਿੱਤੇ ਨੇ ਜੀ ਜੀ ਤੇ ਨਹੀਂ 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 ਇਹਦਾ ਜਵਾਬ ਨਹੀਂ ਨਹੀਂ ਜਵਾਬ ਦੇ ਰਹੇ ਨਹੀਂ ਹਲੋ ਜੀ ਇਹਦਾ ਜਵਾਬ ਬਿਲਕੁਲ ਈਜ਼ੀ ਬੜਾ ਆਸਾਨ ਜੈ ਨੀਤਾ ਪਰੇਸ਼ਾਨੀ ਸਾਹਿਬ ਕੀ ਇਹਦਾ ਜਵਾਬ ਹੈ ਕਿ ਪਰਸ ਮਰਦ ਜਿਹੜਾ ਅਕਸਰ ਤੁਸੀਂ ਵੇਖਿਆ ਉਹ ਚਪਾ ਕੇ ਲੁਕੋ ਕੇ ਰੱਖਦਾ ਹੈ ਤੇ ਔਰਤ ਜਿਹੜੀ ਅਕਸਰ ਬਾਜ਼ੂ ਦੇ ਵਿੱਚ ਪਾ ਕੇ ਟੂੰ 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 ਕਰਦੀ ਜਾਂਦੀ ਹੈ ਕਿ ਮੇਰਾ ਸਾਰੇ ਲੋਕ ਪਰਸ ਦੇਖਣ ਮੈਂ ਵੀ ਆਈਪੀ ਲੈਦਰ ਦਾ ਪਰਸ ਮੇਰਾ ਹੂੰ ਹੂੰ ਅਨੀਤਾ ਪਰੇਸ਼ਾਨੀ ਇਹ ਕਰੋੜ ਰੁਪਏ ਸਾਡਾ ਬਚ ਗਿਆ ਸ਼ੁਕਰ ਅਲਹੁਲਹੁ ਅਲ੍ਹਾ ਮਾਲਕ ਹੀ ਇਹ ਬਚਾਉਣ ਵਾਲਾ ਸਾਨੂੰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਕਿੰਨੇ ਪੈਸੇ ਜਿੱਤ ਗਈਆਂ ਪਤਾ ਤੈਨੂੰ ਜਿਹੜੇ ਲੱਭਣਗੇ ਉਹ 10000 ਤੇ 100 10000 ਤੇ 100 ਰੁਪਇਆ ਵਾ ਹਾਂਜੀ ਉਹ ਮੈਂ ਲੈ ਕੇ ਜਾਣਾ ਦੇ ਉਹ ਮੈਂ ਲੈ ਕੇ ਜਾਣੇ ਰਸ਼ਦ ਸਾਹਿਬ ਉਹ ਨਹੀਂ ਮੈਂ ਚੜ੍ਹਨ ਉਹ ਤੂੰ ਲੈ ਜਾਣੇ ਮੈਨੂੰ ਪਤਾ ਵਾ ਤੇਰੇ ਵਰਗੇ ਬਹੁਤ ਬੁਰੇ ਵਾਲ ਪਟਦੇ ਹੁੰਦੀ ਮੇਰੇ ਪੈਸੇ ਦੇ ਮੈਂ ਤੁਹਾਨੂੰ ਕਹਿਣ ਰਹੀ ਆ ਅੱਜ ਡਾਕ ਕਿਤੇ ਤੂੰ ਪ੍ਰੋਗਰਾਮ ਕਿਤੇ ਚੜ੍ਹੇ ਤੈਨੂੰ ਮੇਰੇ ਪੈਸੇ ਦੇ ਉਰਾ ਮੈਂ ਤੈਨੂੰ ਤਾਂ ਜਾਣਦੀ ਆ ਤੇਰੇ ਵਰਗੇ ਬਹੁਤ ਗੰਦਾ ਕਰਦੇ ਹੁੰਦੇ ਬੰਦੇ ਤੁਸੀਂ ਮੈਨੂੰ ਦੱਸੋ ਤੁਸੀਂ ਤੇ ਆਪਣਾ ਮੂੰਹ ਕੌੜੀ ਦਵਾਈ ਵਰਗਾ ਕੀਤਾ ਅਨੀਤਾ ਚਲੋ ਜੀ 1 ਕਰੋੜ ਰੁਪਏ ਦਾ ਸਵਾਲ ਜਿਹੜਾ ਕਿ ਤੁਸੀਂ ਸਾਨੂੰ ਨਹੀਂ ਦੱਸ ਸਕੇ ਇਸ ਕਰਕੇ ਜਿਹੜੇ ਪੈਸੇ ਤੁਸੀਂ ਜਿੱਤੇ ਤੁਹਾਡੇ ਕਾਉਂ ਚ ਪਹੁੰਚ ਜਾਣਗੇ ਨਹੀਂ ਤੇ ਤੁਹਾਨੂੰ ਅਸੀਂ ਨਗਦ ਪੈਸੇ ਐਸੇ ਟਾਈਮ ਦੇ ਕੇ ਭੇਜਾਂਗੇ ਸ਼ੁਕਰੀਆ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਸਾਨੂੰ ਟਾਈਮ ਦਿੱਤਾ ਔਰ ਥੈਂਕ ਯੂ ਆਕਰ ਸਾਡਾ ਪ੍ਰੋਗਰਾਮ ਦਾ ਰਿਸਪੌਂਸ ਸਾਨੂੰ ਅੱਛਾ ਮਿਲਿਆ ਤੇ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਦੁਬਾਰਾ ਵੀ ਇਸ ਪ੍ਰੋਗਰਾਮ ਦੇ ਵਿੱਚ ਮਦੂ ਕਰੀਏ ਤੁਹਾਨੂੰ ਬੁਲਾਈਏ ਤਾਂ ਕਿ ਅਸੀਂ ਦੁਬਾਰਾ ਪ੍ਰੋਗਰਾਮ ਦੀ ਰੇਟਿੰਗ ਵਧਾ ਸਕੀਏ ਲਓ ਜੀ ਸ਼ੁਕਰੀਆ ਥੈਂਕ ਯੂ ਪਾਕਿਸਤਾਨ ਜ਼ਿੰਦਾਬਾਦ